ਵੈਲਕਮ ਟੂ ਮਾਈ ਚੈਨਲ। ਅੱਜ ਅਸੀਂ ਤੁਹਾਨੂੰ ਗਰਮੀਆਂ ਵਿੱਚ ਠੰਡਾ ਠੰਡਾ ਜਿਹੜਾ ਆ ਰਾਇਤਾ ਤਿਆਰ ਕਰਨਾ ਦੱਸਾਂਗੇ। ਗਰਮੀਆਂ ਵਿੱਚ ਕੀ ਹੈ, ਸਾਨੂੰ ਆਮ ਹੀ ਮਿਲ ਜਾਂਦਾ ਹੈ, ਇਹਦਾ ਅਸੀਂ ਰਾਇਤਾ ਜੇ ਰੋਜ਼ ਬਣਾ ਕੇ ਖਾਈਏ ਤਾਂ ਸਾਨੂੰ ਗਰਮੀ ਦੇ ਵਿੱਚ ਰਾਹਤ ਮਿਲਦੀ ਹੈ। ਜਿਹੜੀ ਅਸੀਂ ਦਿਨ ਭਰ ਅਸੀਂ ਕਿਸੇ ਵੀ ਕੰਮ ਤੋਂ ਆਈਏ, ਲੂ ਲੱਗ ਜਾਵੇ ਤਾਂ ਇਹ ਜਿਹੜਾ ਰਾਇਤਾ ਆ ਆਪਾਂ ਖਾਈਏ ਤਾਂ ਸਾਨੂੰ ਇਸ ਤੋਂ ਗਰਮੀ ਤੋਂ ਰਾਹਤ ਮਿਲਦੀ ਹੈ। ਜਿਹੜਾ ਦਹੀਂ ਦੇ ਵਿੱਚ ਅਸੀਂ ਰਾਇਤਾ ਬਣਾਉਂਦੇ ਹਾਂ, ਘੀਆ ਪਾ ਕੇ, ਇਹ ਟੇਸਟੀ ਬਹੁਤ ਹੁੰਦਾ ਆ ਔਰ ਇਹਦੇ ਨਾਲ ਨਾਲ ਬੱਚਿਆਂ ਲਈ ਵੀ ਇਹ ਬਹੁਤ ਜ਼ਿਆਦਾ ਹੈਲਦੀ ਹੁੰਦਾ ਆ। ਸਾਡੇ ਲਈ ਤਾਂ ਜਿਹੜਾ ਹੁੰਦਾ ਹੀ ਆ, ਕਿਉਂਕਿ ਅਸੀਂ ਲੋਕ ਜਿਹੜੇ ਆ ਬਾਹਰ ਕੰਮ ਕਰਨ ਜਾਂਦੇ ਹਾਂ ਅਤੇ ਸਾਨੂੰ ਗਰਮੀ ਜਿਹੜੀ ਆ ਉਹ ਜ਼ਿਆਦਾ ਲੱਗਦੀ ਹੈ, ਅਤੇ ਆ ਕੇ ਅਸੀਂ ਇਸ ਤਰ੍ਹਾਂ ਦੀਆਂ ਠੰਡੀਆਂ ਚੀਜ਼ਾਂ ਜਿਹੜੀਆਂ ਆ ਖਾ ਸਕਦੇ ਹਾਂ, ਜਿਹਦੇ ਨਾਲ ਸਾਡੀ ਸਿਹਤ ਜਿਹੜੀ ਆ ਠੀਕ ਰਹਿੰਦੀ ਆ। ਆਓ ਦੇਖੀਏ ਅਸੀਂ ਇਹ ਰਾਇਤਾ ਕਿਵੇਂ ਤਿਆਰ ਕਰਦੇ ਹਾਂ। ਇਹ ਜਿਹੜੀ ਲੌਕੀ ਹੁੰਦੀ ਆ ਇਹ ਠੰਡੀ ਹੁੰਦੀ ਆ, ਗਰਮੀਆਂ ਵਿੱਚ ਬਹੁਤ ਜ਼ਿਆਦਾ ਫਾਇਦਾ ਕਰਦੀ ਆ, ਵਿਟਾਮਿਨ ਬੀ ਅਤੇ ਸੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ, ਜਿਹਦੇ ਕਰਕੇ ਸਾਨੂੰ ਇਹ ਜਿਹੜਾ ਆ ਦੁੱਗਣਾ ਫਾਇਦਾ ਕਰਨ ਵਾਲੀ ਹੁੰਦੀ ਹੈ। ਗਰਮੀ ਦਾ ਬੁਖਾਰ ਹੋਵੇ ਤਾਂ ਵੀ ਅਸੀਂ ਇਹਦਾ ਯੂਜ਼ ਕਰ ਸਕਦੇ ਹਾਂ। ਇਹ ਦੇਖੋ ਲੌਕੀ ਜਿਹੜੀ ਹੈ ਸਾਡੀ, ਇਹ ਜਿਹੜੀ ਦੇਖੋ ਕਿੰਨੀ ਸੌਫਟ ਲੌਕੀ ਹੈ, ਇਹ ਮੈਂ ਆਪਣੀ ਬਗੀਚੀ 'ਚੋਂ ਲੈ ਕੇ ਆਈ ਹਾਂ। ਇਹਦੀ ਆਪਾਂ ਛਿੱਲ ਜਿਹੜੀ ਉਤਾਰ ਲਾਂਗੇ ਸਾਰੀ। ਜਦੋਂ ਅਸੀਂ ਬਗੀਚੀ ਟੂਰ ਕੀਤਾ ਸੀ ਤਾਂ ਇਹ ਬਹੁਤ ਛੋਟੀਆਂ ਛੋਟੀਆਂ ਸੀਗੀਆਂ, ਉਹ ਵੀ ਤੁਸੀਂ ਦੇਖ ਲੈਣਾ ਜਾ ਕੇ ਚੈਨਲ 'ਤੇ ਬਗੀਚੀ ਟੂਰ ਵੀ। ਦੇਖੋ ਬਹੁਤ ਜ਼ਿਆਦਾ ਸੌਫਟ ਹੈਗੀਆਂ, ਔਰਗੈਨਿਕ ਤਾਂ ਹੈਗੀਆਂ ਹੀ ਆ। ਇਹ ਜਿਹੜਾ ਰਾਇਤਾ ਬਣਨ ਵਾਲਾ ਆ ਬਹੁਤ ਜ਼ਿਆਦਾ ਹੈਲਦੀ ਬਣਨ ਵਾਲਾ ਹੈਗਾ ਆ, ਤੁਸੀਂ ਜ਼ਰੂਰ ਇਹ ਠੰਡਾ ਠੰਡਾ ਰਾਇਤਾ ਇੰਜੋਏ ਕਰੋ ਗਰਮੀਆਂ ਦੇ ਵਿੱਚ, ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਗਰਮੀ ਤੋਂ ਬਚਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਬਾਕੀ ਕੰਮ ਜਿਹੜੇ ਜ਼ਰੂਰੀ ਹੁੰਦੇ ਆ ਉਹ ਬਾਅਦ 'ਚ ਹੁੰਦੇ, ਪਹਿਲਾਂ ਸਿਹਤ ਹੁੰਦੀ ਹੈ, ਇਸ ਲਈ ਆਪਾਂ ਨੂੰ ਸਿਹਤ ਜਿਹੜੀ ਆ ਪਹਿਲਾਂ ਮੇਨ ਦੇਖਣੀ ਹੁੰਦੀ ਹੈ। ਹਾਂਜੀ ਦੇਖੋ ਇਹ ਸਾਰਾ ਛਿਲ ਕੇ ਮੈਂ ਤਿਆਰ ਕਰ ਲਿਆ, ਇਸ ਪਾਸਿਓਂ ਅਸੀਂ ਇਹਨੂੰ ਇਸ ਤਰ੍ਹਾਂ ਉਤਾਰ ਦਾਂਗੇ, ਉਤਾਰ ਕੇ ਫਿਰ ਅਸੀਂ ਇਹਨੂੰ ਕੱਦੂਕਸ ਕਰਾਂਗੇ। ਇਸ ਪਾਸਿਓਂ ਅਸੀਂ ਇਹਨੂੰ ਇਸ ਤਰ੍ਹਾਂ ਉਤਾਰ ਦਾਂਗੇ, ਉਤਾਰ ਕੇ ਫਿਰ ਅਸੀਂ ਇਹਨੂੰ ਕੱਦੂਕਸ ਕਰਾਂਗੇ। ਕੱਦੂਕਸ ਕਰਨ ਲੱਗੇ ਜਿਹੜਾ ਮੋਟਾ ਪਾਸਾ ਹੁੰਦਾ ਹੈ ਦੇਖੋ ਕੱਦੂਕਸ ਦਾ, ਮੈਂ ਉੱਥੋਂ ਇਹਨੂੰ ਕੱਦੂਕਸ ਕਰੂੰਗੀ। ਜਿਹੜਾ ਲੌਕੀ ਹੈਗੀ ਆ ਕੱਦੂਕਸ ਕਰ ਚੁੱਕੇ ਆ, ਇੱਧਰ ਅਸੀਂ ਅੱਗ ਬਾਲ ਲਈ ਆ, ਇਹਦੇ ਵਿੱਚ ਅਸੀਂ ਪਾਣੀ ਪਾਵਾਂਗੇ। ਹਾਂਜੀ ਇਹਦੇ 'ਚ ਪਾਣੀ ਪਾ ਲਾਂਗੇ ਆਪਾਂ, ਪਾਣੀ ਨੂੰ ਪਹਿਲਾਂ ਗਰਮ ਕਰ ਲਾਂਗੇ ਆਪਾਂ। ਹਾਂਜੀ ਇਹਨੂੰ ਆਪਾਂ ਉੱਪਰੋਂ ਇਸ ਤਰ੍ਹਾਂ ਢੱਕ ਦਾਂਗੇ ਤਾਂ ਕਿ ਪਾਣੀ ਪਹਿਲਾਂ ਜ਼ਿਆਦਾ ਗਰਮ ਹੋ ਜਾਵੇ, ਇਹਦੇ ਵਿੱਚ ਬਾਅਦ 'ਚੋਂ ਅਸੀਂ ਘੀਆ ਪਾਵਾਂਗੇ। ਹਾਂਜੀ ਜਿੰਨੀ ਦੇਰ ਪਾਣੀ ਗਰਮ ਹੁੰਦਾ ਆ ਉਧਰੋਂ ਸਾਡੀ ਜਿਹੜੀ ਘੀਆ ਹੈਗੀ ਲੌਕੀ ਉਹ ਆਪਣੀ ਜਿਹੜੀ ਅਸੀਂ ਪਚੜ ਕੇ ਤਿਆਰ ਕਰ ਲਈ ਆ। ਹੁਣ ਅਸੀਂ ਖੀਰਾ ਦੇਖਦੇ ਹਾਂ, ਖੀਰਾ ਜਿਹੜਾ ਇਹਨੂੰ ਵੀ ਅਸੀਂ ਛਿੱਲ ਕੇ ਕੱਟ ਲਾਂਗੇ, ਖੀਰਾ ਅਸੀਂ ਕੱਟ ਕੇ ਪਾਉਣਾ ਆ, ਕਿਉਂਕਿ ਜਦੋਂ ਖੀਰੇ ਦੇ ਕਰੰਚ ਰਾਇਤੇ ਵਿੱਚ ਆਉਂਦੇ ਆ ਤਾਂ ਬਹੁਤ ਵਧੀਆ ਅਤੇ ਟੇਸਟੀ ਲੱਗਦਾ ਆ। ਇਸ ਤਰੀਕੇ ਦੇ ਨਾਲ ਤੁਸੀਂ ਵੀ ਰਾਇਤਾ ਬਣਾਓ, ਬਹੁਤ ਜ਼ਿਆਦਾ ਟੇਸਟੀ ਬਣਦਾ ਆ। ਖੀਰੇ ਦੇ ਛੋਟੇ ਛੋਟੇ ਚੰਕਸ ਜਿਹੜੇ ਹੈਗੇ ਆ ਬਹੁਤ ਟੇਸਟੀ ਲੱਗਦੇ ਹੈਗੇ ਆ। ਹੁਣ ਦੇਖੋ ਦੋਨੋਂ ਸਾਈਡ ਤੋਂ ਮੈਂ ਖੀਰਾ ਕੱਟ ਕੇ ਸਾਫ਼ ਕਰ ਲਿਆ ਹੈ, ਖੀਰੇ ਨੂੰ ਅਸੀਂ ਇਸ ਤਰੀਕੇ ਦੇ ਨਾਲ ਕੱਟ ਲੈਣਾ, ਬਿਲਕੁਲ ਹੀ ਕੱਟਣਾ ਆ, ਹਲਕਾ ਹਲਕਾ ਇਹਦਾ ਜਿਹੜਾ ਆ ਕਰੰਚ ਆਉਂਦਾ ਰਹੇ ਵਿੱਚ। ਦੇਖੋ ਇੰਨਾ ਬਰੀਕ ਬਰੀਕ ਅਸੀਂ ਇਹਨੂੰ ਕੱਟ ਕੇ ਤਿਆਰ ਕਰਨਾ ਆ। ਤੁਸੀਂ ਅਗਰ
ਵੱਡੇ ਵੱਡੇ ਪੀਸਿਸ ਦੇ ਵਿੱਚ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਵੱਡੇ ਪੀਸ ਕਰ ਸਕਦੇ ਆ, ਲੇਕਿਨ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਹਲਕਾ ਹਲਕਾ ਕਰੰਚ ਜਿਹੜਾ ਆ ਰਾਇਤੇ ਵਿੱਚ ਆਉਂਦਾ ਹੈ ਜਦੋਂ, ਤਾਂ ਰਾਇਤਾ ਜਿਹੜਾ ਬਹੁਤ ਟੇਸਟੀ ਲੱਗਦਾ ਹੈ। ਔਰ ਜਿਹੜਾ ਰਾਇਤਾ ਆ ਹੋਰ ਵੀ ਠੰਡਾ ਹੋ ਜਾਂਦਾ ਕਿਉਂਕਿ ਖੀਰਾ ਵੀ ਠੰਡਾ ਹੁੰਦਾ ਆ। ਹਾਂਜੀ, ਪਾਣੀ ਦੇਖ ਲੈਂਦੇ ਆਪਾਂ, ਪਾਣੀ ਗਰਮ ਹੋ ਚੁੱਕਿਆ। ਦੇਖੋ ਪਾਣੀ ਦੇ ਨੀਚੇ ਜਿਹੜੇ ਉਹ ਬੁਲਬੁਲੇ ਜੇ ਆ ਚੁੱਕੇ ਆ, ਤਾਂ ਮਤਲਬ ਪਾਣੀ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਆ, ਰਿੱਝ ਹੀ ਰਿਹਾ। ਦੇਖੋ ਬੁਲਬੁਲੇ ਜਿਹੜੇ ਆ ਉੱਠ ਰਹੇ ਆ, ਫਿਰ ਬਣ ਰਹੇ ਆ, ਰਿੱਝ ਰਿਹਾ ਪਾਣੀ। ਹੁਣ ਅਸੀਂ ਇਹਦੇ ਵਿੱਚ ਘੀਆ ਜਿਹੜਾ ਸ਼ਿਫਟ ਕਰ ਦਾਂਗੇ। ਹਾਂਜੀ, ਪਾਣੀ ਜਿਹੜਾ ਸਾਡਾ ਪਹਿਲਾਂ ਹੀ ਉਬਲ ਰਿਹਾ ਸੀਗਾ, ਅਸੀਂ ਹੁਣ ਘੀਆ ਪਾ ਕੇ ਇਹਨੂੰ 2 ਤੋਂ 3 ਮਿੰਟ ਰੱਖਾਂਗੇ ਤਾਂ ਕਿ ਥੋੜ੍ਹਾ ਜਿਹਾ ਸੌਫਟ ਹੋ ਸਕੇ। ਇਹਨੂੰ ਅਸੀਂ ਉੱਪਰੋਂ ਢੱਕ ਦਾਂਗੇ 4-5 ਮਿੰਟ ਇਹਨੂੰ ਢੱਕ ਕੇ ਰੱਖਾਂਗੇ। ਹਾਂਜੀ, 3-4 ਮਿੰਟ ਬਾਅਦ ਅਸੀਂ ਦੇਖਦੇ ਹਾਂ, ਉਬਾਲਾ ਆ ਚੁੱਕਿਆ। ਥੋੜ੍ਹਾ ਜਿਹਾ ਇਹਨੂੰ ਹਿਲਾ ਲਾਂਗੇ ਇਸ ਤਰ੍ਹਾਂ। ਹਾਂਜੀ, ਦੇਖਿਓ ਉਬਲ ਰਿਹਾ ਇਹ, ਸੌਫਟ ਹੋ ਗਿਆ ਹੋਣਾ ਆ। ਤੁਸੀਂ ਚੈੱਕ ਕਰ ਸਕਦੇ ਹੋ ਚਮਚ ਦੇ ਨਾਲ ਕਿ ਸੌਫਟ ਹੋ ਗਿਆ ਕਿ ਨਹੀਂ, ਫਿਰ ਉਸ ਤੋਂ ਬਾਅਦ ਤੁਸੀਂ ਉਤਾਰ ਲੈਣਾ ਨੀਚੇ। ਹਾਂਜੀ, ਦੇਖੋ ਦੇਖੋ ਕੀ ਆ, ਸੌਫਟ ਹੋ ਚੁੱਕਿਆ ਆ ਇਹਨੇ। ਹਾਂਜੀ, 3 ਤੋਂ 4 ਮਿੰਟ ਅਸੀਂ ਰੱਖ ਲਿਆ ਅਤੇ 2 ਮਿੰਟ ਇਹਨੂੰ ਉਬਲਦੇ ਨੂੰ ਹੋ ਗਏ ਆ, ਬਿਲਕੁਲ ਇਹ ਸੌਫਟ ਹੋ ਚੁੱਕਿਆ ਹੈ। ਅਗਰ ਤੁਸੀਂ ਇਹਨੂੰ ਕਰੰਚੀ ਜਿਹਾ ਖਾਣਾ ਚਾਹੁੰਦੇ ਆ ਤਾਂ ਤੁਸੀਂ ਇਹਨੂੰ ਘੱਟ ਸੇਕ ਲਗਵਾ ਲੈਣਾ। ਹੁਣ ਅਸੀਂ ਇਹਨੂੰ ਨੀਚੇ ਉਤਾਰ ਲਾਂਗੇ। ਹਾਂਜੀ, ਹੁਣ ਅਸੀਂ ਜਿਹੜਾ ਪਾਣੀ ਆ ਉਹਨੂੰ ਛਾਣ ਲਾਂਗੇ। ਇਸ ਤਰੀਕੇ ਦੇ ਨਾਲ ਤੁਸੀਂ ਪਾ ਲੈਣਾ ਆ, ਪਾਣੀ ਜਿਹੜਾ ਨੀਚੇ ਡਿੱਗ ਜਾਊਗਾ ਅਤੇ ਜਿਹੜਾ ਘੀਆ ਆ ਉਹਨੂੰ ਤੁਸੀਂ ਠੰਡਾ ਕਰ ਲੈਣਾ। ਗਰਮੀਆਂ ਦੇ ਵਿੱਚ ਠੰਡਾ ਠੰਡਾ ਰਾਇਤਾ ਜਿਹੜਾ ਬਹੁਤ ਵਧੀਆ ਲੱਗਦਾ, ਇਹਦੇ ਨਾਲ ਰੋਟੀ ਦਾ ਜਿਹੜਾ ਟੇਸਟ ਆ ਦੁੱਗਣਾ ਹੋ ਜਾਂਦਾ ਆ। ਹੁਣ ਦੇਖੋ ਇਸ ਤਰ੍ਹਾਂ ਅਸੀਂ ਛਾਣ ਕੇ ਪਾਣੀ ਕੱਢ ਲੈਣਾ ਹੈ, ਨਾਲ ਵਿੱਚ ਇਸ ਤਰ੍ਹਾਂ ਅਸੀਂ ਫੈਲਾ ਦੇਣਾ ਤਾਂ ਕਿ ਜਲਦੀ ਠੰਡਾ ਹੋ ਸਕੇ। ਬਾਕੀ ਜਿਹੜਾ ਆ ਉਹਦੇ 'ਚੋਂ ਵੀ ਇਸੇ ਤਰੀਕੇ ਪਾਣੀ ਛਾਣ ਲਾਂਗੇ। ਹਾਂਜੀ, ਹੁਣ ਅਸੀਂ ਜਿਹੜਾ ਪਾਣੀ ਆ ਉਹਨੂੰ ਛਾਣ ਲਾਂਗੇ। ਇਸ ਤਰੀਕੇ ਦੇ ਨਾਲ ਤੁਸੀਂ ਪਾ ਲੈਣਾ ਆ, ਪਾਣੀ ਜਿਹੜਾ ਨੀਚੇ ਡਿੱਗ ਜਾਊਗਾ ਅਤੇ ਜਿਹੜਾ ਘੀਆ ਆ ਉਹਨੂੰ ਤੁਸੀਂ ਠੰਡਾ ਕਰ ਲੈਣਾ। ਗਰਮੀਆਂ ਦੇ ਵਿੱਚ ਠੰਡਾ ਠੰਡਾ ਰਾਇਤਾ ਜਿਹੜਾ ਬਹੁਤ ਵਧੀਆ ਲੱਗਦਾ, ਇਹਦੇ ਨਾਲ ਰੋਟੀ ਦਾ ਜਿਹੜਾ ਟੇਸਟ ਆ ਦੁੱਗਣਾ ਹੋ ਜਾਂਦਾ ਆ। ਹੁਣ ਦੇਖੋ ਇਸ ਤਰ੍ਹਾਂ ਅਸੀਂ ਛਾਣ ਕੇ ਪਾਣੀ ਕੱਢ ਲੈਣਾ ਹੈ, ਨਾਲ ਵਿੱਚ ਇਸ ਤਰ੍ਹਾਂ ਅਸੀਂ ਫੈਲਾ ਦੇਣਾ ਤਾਂ ਕਿ ਜਲਦੀ ਠੰਡਾ ਹੋ ਸਕੇ। ਬਾਕੀ ਜਿਹੜਾ ਆ ਉਹਦੇ 'ਚੋਂ ਵੀ ਇਸੇ ਤਰੀਕੇ ਪਾਣੀ ਛਾਣ ਲਾਂਗੇ। ਹਾਂਜੀ, ਇਹ ਵਾਲਾ ਪਾਣੀ ਜਿਹੜਾ ਆ ਤੁਸੀਂ ਨਾ ਵੇਸਟ ਕਰਨਾ, ਇਹਨੂੰ ਠੰਡਾ ਕਰਕੇ ਤੁਸੀਂ ਬੂਟਿਆਂ ਨੂੰ ਪਾ ਸਕਦੇ ਹਾਂ ਕਿਉਂਕਿ। ਹਾਂਜੀ, ਦਹੀਂ ਜਿਹੜਾ ਉਹਨੂੰ ਅਸੀਂ ਫੈਂਟ ਲਈਏ।
ਦਹੀਂ ਵੀ ਸਾਡਾ ਤਾਜ਼ਾ ਘਰ ਦਾ ਜੰਮਿਆ ਹੋਇਆ ਦਹੀਂ ਆ, ਦੁੱਧ ਵੀ ਸਾਡਾ ਅਸੀਂ ਕਿਸੇ ਦੇ ਘਰੋਂ ਹੀ ਲੈਂਦੇ ਹਾਂ, ਇਹ ਵੀ ਬਿਲਕੁਲ ਫਰੈਸ਼ ਦੁੱਧ ਔਰ ਦਹੀਂ ਅਸੀਂ ਯੂਜ਼ ਕਰ ਰਹੇ ਹਾਂ। ਬਣਾਉਣਾ ਹਾਂਜੀ, ਜਿੰਨਾ ਅਸੀਂ ਰਾਇਤਾ ਬਣਾਉਣਾ ਉਨਾ ਅਸੀਂ ਜਿਹੜਾ ਦਹੀਂ ਆ ਡੋਂਗੇ 'ਚ ਸ਼ਿਫਟ ਕਰ ਲਿਆ। ਥੋੜ੍ਹਾ ਜਿਹਾ ਅਸੀਂ ਪਾਣੀ ਪਾ ਲਾਂਗੇ, ਜਿੰਨਾ ਤੁਸੀਂ ਪਤਲਾ ਰਾਇਤਾ ਖਾਣਾ ਪਸੰਦ ਕਰੋ ਉਨਾ ਅਸੀਂ ਦਹੀਂ ਦੇ ਵਿੱਚ ਪਾਣੀ ਪਾ ਸਕਦੇ ਹਾਂ। ਤੁਸੀਂ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹਾਂ, ਤੁਹਾਡੀ ਆਪਣੀ ਮਰਜ਼ੀ ਆ। ਹੁਣ ਇੱਧਰ ਦੇਖਦੇ ਕੀ ਆ, ਸਾਡਾ ਠੰਡਾ ਹੋ ਚੁੱਕਾ ਆ। ਜੇ ਥੋੜ੍ਹਾ ਬਹੁਤਾ ਗਰਮ ਹੋਊਗਾ ਤਾਂ ਅਸੀਂ ਆਈਸ ਕਿਊਬ ਜਿਹੜੇ ਇਹਦੇ ਵਿੱਚ ਪਾ ਕੇ ਇਹਨੂੰ ਠੰਡਾ ਕਰ ਸਕਦੇ ਹਾਂ। ਦੇਖੋ ਹੁਣ ਸਾਰਾ ਜਿਹੜਾ ਇੱਧਰ ਕੀ ਆ ਸ਼ਿਫਟ ਕਰ ਲੈਣਾ ਆਪਾਂ, ਜਿਹੜਾ ਅਸੀਂ ਉਬਾਲ ਕੇ ਰੱਖਿਆ ਆ। ਹਾਂਜੀ, ਘੀਆ ਪਾ ਕੇ ਅਸੀਂ ਥੋੜ੍ਹਾ ਜਿਹਾ ਮਿਕਸ ਕਰ ਲੈਣਾ ਹੈ। ਫਿਰ ਇੱਧਰ ਜਿਹੜਾ ਅਸੀਂ ਖੀਰਾ ਕੱਟਿਆ ਆ ਉਹ ਵੀ ਅਸੀਂ ਵਿੱਚ ਸ਼ਿਫਟ ਕਰ ਲਾਂਗੇ। ਅੱਜ ਹੁਣ ਅਸੀਂ ਇਹਦੇ ਵਿੱਚ ਹਰੀ ਮਿਰਚ ਪਾ ਲਾਂਗੇ ਬਰੀਕ ਬਰੀਕ ਕੱਟ ਕੇ, ਸਿੱਧਾ ਹੀ ਇਸ ਤਰ੍ਹਾਂ। ਮਿਰਚ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਵੱਧ ਘੱਟ ਕਰ ਸਕਦੇ ਹਾਂ, ਅਗਰ ਸਪਾਈਸੀ ਖਾਣਾ ਜ਼ਿਆਦਾ ਪਸੰਦ ਕਰਦੇ ਹਾਂ ਜ਼ਿਆਦਾ ਪਾ ਲਓ। ਮੈਂ ਇੱਥੇ 2 ਹਰੀਆਂ ਮਿਰਚਾਂ ਪਾ ਰਹੀ ਹਾਂ, ਇਹ ਵੀ ਸਾਡੀ ਬਗੀਚੀ ਦੀਆਂ ਹਰੀਆਂ ਮਿਰਚਾਂ ਆ। ਹਾਂਜੀ, ਇੱਧਰ ਦੇਖੋ 4 ਅਸੀਂ ਕਾਲੀਆਂ ਮਿਰਚਾਂ ਲੈ ਲਈਆਂ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਥੋੜ੍ਹਾ ਜਿਹਾ ਕੁੱਟ ਕੇ ਪਾ ਲਾਂਗੇ। ਜਿਹੜੀ ਕਾਲੀ ਮਿਰਚ ਹੁੰਦੀ ਹੈ ਉਹ ਹਾਜ਼ਮੇ ਵਾਸਤੇ ਬਹੁਤ ਵਧੀਆ ਹੁੰਦੀ ਹੈ, ਇਹ ਮੈਂ ਦਹੀਂ ਦੇ ਵਿੱਚ ਹਮੇਸ਼ਾ ਪਾਉਂਦੀ ਹਾਂ। ਦੇਖੋ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਆ। ਇਹਨੂੰ ਮਿਕਸ ਕਰਦੇ ਹੋਏ ਅਸੀਂ ਇੱਧਰ ਪੁਦੀਨਾ ਜਿਹੜਾ ਆ ਉਹਦਾ ਪਾਊਡਰ ਪਾ ਲਾਂਗੇ। ਪੁਦੀਨਾ ਪਾਊਡਰ ਮੈਂ ਥੋੜ੍ਹਾ ਜਿਹਾ ਜ਼ਿਆਦਾ ਪਾਇਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਇਹਦੀ ਖੁਸ਼ਬੂ ਬਹੁਤ ਪਸੰਦ ਆ, ਔਰ ਪੁਦੀਨਾ ਪਾਊਡਰ ਠੰਡਾ ਹੁੰਦਾ ਆ, ਜਿਹੜਾ ਰਾਇਤਾ ਸਾਡਾ ਬਹੁਤ ਜ਼ਿਆਦਾ ਵਧੀਆ ਬਣਨ ਵਾਲਾ ਆ। ਤੁਸੀਂ ਇਹਦੇ ਵਿੱਚ ਪੁਦੀਨੇ ਦੇ ਜਿਹੜੇ ਫਰੈਸ਼ ਪੱਤੇ ਆ ਉਹਨਾਂ ਨੂੰ ਕਟਿੰਗ ਕਰਕੇ ਪਾ ਸਕਦੇ ਹਾਂ। ਹਾਂਜੀ, ਇੱਧਰ ਮੈਂ ਰਾਇਤਾ ਮਸਾਲਾ ਪਾ ਰਹੀ ਹਾਂ। ਰਾਇਤਾ ਮਸਾਲਾ ਤੁਸੀਂ ਪਾ ਲਓ ਥੋੜ੍ਹਾ ਜਿਹਾ, ਉਹਦੇ ਨਾਲ ਟੇਸਟ 'ਚ ਬਹੁਤ ਵਧੀਆ ਆਉਂਦਾ। ਨਮਕ ਰਾਇਤੇ ਮਸਾਲੇ 'ਚ ਹੁੰਦਾ ਆ, ਲੇਕਿਨ ਅਗਰ ਤੁਸੀਂ ਥੋੜ੍ਹਾ ਜਿਹਾ ਪਾਉਣਾ ਚਾਹੁੰਦੇ ਆ ਆਪਣੇ ਟੇਸਟ, ਹਲਕਾ ਜਿਹਾ ਨਮਕ ਜਿਹੜਾ ਤੁਸੀਂ ਪਾ ਸਕਦੇ ਆ। ਮੈਂ ਵੀ ਇੱਥੇ ਕਾਲਾ ਨਮਕ ਜਿਹੜਾ ਯੂਜ਼ ਕਰ ਰਹੀ ਹਾਂ, ਕਾਲਾ ਨਮਕ ਵੀ ਮੈਂ ਆਪਣਾ ਘਰ ਵਿੱਚ ਲਿਆ ਕੇ ਕੁੱਟਿਆ ਆ, ਕੁੱਟ ਕੇ ਪੀਸ ਕੇ ਰੱਖਿਆ ਆ, ਮੈਂ ਹਮੇਸ਼ਾ ਉਹਦਾ ਯੂਜ਼ ਕਰਦੀ ਹਾਂ। ਹਾਂਜੀ, ਰਾਇਤਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਆ। ਹਾਂਜੀ, ਤੁਸੀਂ ਇਹਦੇ ਵਿੱਚ ਆਈਸ ਕਿਊਬ ਜਿਹੜੇ ਆ ਪਾ ਸਕਦੇ ਆ, ਉਹਦੇ ਨਾਲ ਜਿਹੜਾ ਇਹ ਕੂਲ ਕੂਲ ਹੋਰ ਵੀ ਜ਼ਿਆਦਾ ਹੋ ਜਾਏਗਾ ਔਰ ਟੇਸਟੀ ਹੋਏਗਾ। ਦੇਖੋ ਮੈਂ ਇਹਦੇ ਵਿੱਚ 4 ਤੋਂ 5 ਜਿਹੜੇ ਕਿਊਬ ਆਈਸ ਦੇ ਪਾ ਲਏ ਆ, ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦਿਓ ਔਰ ਠੰਡਾ ਠੰਡਾ ਕੂਲ ਕੂਲ ਕਰਕੇ ਖਾਓ। ਤੁਹਾਨੂੰ ਟੇਸਟ ਕਰਕੇ ਦੱਸਦੀ ਹਾਂ, ਬਹੁਤ ਟੇਸਟੀ ਬਣ ਕੇ ਤਿਆਰ ਹੋਇਆ। ਕਾਲੀ ਮਿਰਚ ਦਾ ਫਲੇਵਰ ਅਲੱਗ ਆ ਰਿਹਾ, ਘੀਏ ਦਾ ਖੀਰੇ ਦਾ ਅਲੱਗ ਤੋਂ ਟੇਸਟ ਆ ਰਿਹਾ, ਬਹੁਤ ਜ਼ਿਆਦਾ ਟੇਸਟੀ ਕੂਲ ਕੂਲ ਬਣ ਕੇ ਤਿਆਰ ਹੋਇਆ ਗਰਮੀਆਂ ਸਪੈਸ਼ਲ ਰਾਇਤਾ। ਤੁਸੀਂ ਵੀ ਮੇਰੇ ਤਰੀਕੇ ਨਾਲ ਇਸ ਤਰ੍ਹਾਂ ਬਣਾ ਕੇ ਖਾਓ, ਹੈਲਦੀ ਰਹੋ। ਥੈਂਕ ਯੂ।